ਕਰਦਾ ਸੀਗਾ ਜੀ ਟਾਲੀਆ ਚੌਂਕ ਜੀ, ਤੇ ਉੱਥੇ ਇਹਨੂੰ ਸਿਰ ਪੀੜ ਹੋਈ ਆ ਤੇ ਇਹਨਾਂ ਗੋਲੀ ਦਿੱਤੀ ਇਹਨੂੰ ਮੁੰਡੇ ਨੂੰ, ਮੁੰਡੇ ਨੂੰ ਗੋਲੀ ਦੇ ਕੇ ਤੇ ਮੁੜ ਕੇ ਉਸੇ ਬੱਚੇ ਨੂੰ ਚੁੱਕ ਕੇ ਇਹ ਘਰ ਛੱਡਣ ਗਏ ਆ। ਘਰ ਛੱਡ ਗਏ ਆ ਜਦੋਂ, ਤੇ ਮੁੰਡਾ ਉਸ ਵੇਲੇ ਆਕੜ ਗਿਆ ਪੂਰਾ, ਜਿਸ ਤਰ੍ਹਾਂ ਸਰੀਆ ਗੱਡਿਆ ਹੁੰਦਾ ਸਰੀਰ ਦੇ ਵਿੱਚ, ਪੂਰਾ ਸਿੱਧਾ ਹੋ ਗਿਆ। ਹਾਂਜੀ ਹਾਂਜੀ, ਤੁਹਾਡਾ ਨਾਮ? ਇਹ ਭਾਈ ਮੇਰਾ ਨਾਮ ਰਜੀਤ ਸਿੰਘ ਜੀ। ਕੀ ਗੱਲ ਹੋਈ ਜਿਹੜਾ ਤੇਰਾ ਬੇਟੇ ਦੀ ਡੈਥ ਹੋਈ ਤੇ ਕਿਵੇਂ? ਹਾਂਜੀ ਅੱਜ ਬੇਟੇ ਦੀ ਡੈਥ ਹੋਈ, ਕਿੱਦਾਂ ਹੋਈ ਤੇ ਕਿਵੇਂ ਹੋਈ ਹੈ? ਇਹ ਬੇਟਾ ਜੀ ਸੁਨਹਿਰੇ ਕੰਮ ਕਰਦਾ ਸੀਗਾ ਜੀ ਟਾਲੀਆ ਚੌਂਕ ਜੀ, ਤੇ ਉੱਥੇ ਇਹਨੂੰ ਸਿਰ ਪੀੜ ਹੋਈ ਆ ਤੇ ਇਹਨਾਂ ਗੋਲੀ ਦਿੱਤੀ ਇਹਨੂੰ ਮੁੰਡੇ ਨੂੰ, ਮੁੰਡੇ ਨੂੰ ਗੋਲੀ ਦੇ ਕੇ ਤੇ ਮੁੜ ਕੇ ਉਸੇ ਬੱਚੇ ਨੂੰ ਚੁੱਕ ਕੇ ਇਹ ਘਰ ਛੱਡਣ ਗਏ ਆ। ਘਰ ਛੱਡਣ ਗਏ ਆ ਜਦੋਂ, ਤੇ ਮੁੰਡਾ ਉਸ ਵੇਲੇ ਆਕੜ ਗਿਆ ਪੂਰਾ, ਜਿਸ ਤਰ੍ਹਾਂ ਸਰੀਆ ਗੱਡਿਆ ਹੁੰਦਾ ਸਰੀਰ ਦੇ ਵਿੱਚ, ਪੂਰਾ ਸਿੱਧਾ ਹੋ ਗਿਆ। ਸੁਨਹਿਰੇ ਦਾ ਕੰਮ ਕਰਦਾ ਸੀ ਵਾਲੀ ਦਾ। ਕਿੰਨੀ ਉਮਰ ਸੀ? 12 ਸਾਲ ਦੀ ਉਮਰ ਸੀ ਉਹਦੀ। ਤੇ ਉਹ ਤੋਂ ਬਾਅਦ ਅਸੀਂ ਘਰੋਂ ਇੱਥੇ ਗੁਰੂ ਰਾਮਦਾਸ ਹੋਸਪਿਟਲ ਲੈ ਆਏ ਹਾਂ, ਉੱਥੇ ਲਿਆਂਦਾ ਵਾ। ਅਤੇ ਉੱਥੇ ਕਹਿਣ ਲੱਗੇ ਵੀ ਇਸ ਨਾਲ ਤੁਸੀਂ ਇੱਥੇ ਬੱਲੇ ਲੈ ਜਾਓ, ਵੀ ਉੱਥੇ ਜਾ ਕੇ ਕਰੋ ਤੁਸੀਂ ਇਹਦਾ। ਉੱਥੇ ਲੈ ਕੇ ਗਏ ਇਹਨੂੰ, ਉੱਥੇ ਭਾਈ ਸਾਰੀ ਰਾਤ ਬੱਚਾ, ਕੋਈ ਇਹਨੂੰ ਹੋਸ਼ 'ਚ ਨਹੀਂ ਆਈ। ਪਹਿਲੋਂ ਉੱਦਾਂ ਇਹਦੀ ਧੜਕਣ ਇਹਦੀ ਚੱਲਦੀ ਰਹੀ ਸੀਗੀ, ਅਤੇ ਮੁੜ ਕੇ ਕੋਈ 7 ਵਜੇ ਦਾ ਟਾਈਮ ਹੋਇਆ ਵਾ, ਉਦੋਂ ਇਹਦੀ ਸਭ ਕੁਝ ਧੜਕਣ ਬੰਦ ਹੋ ਗਈ ਇਹਦੀ। ਬੱਚਾ ਗਰਾਊਂਡਡ ਹੋ ਚੁੱਕਾ? ਹਾਂਜੀ ਹਾਂਜੀ। ਬੱਚੇ ਦੀ ਫੋਟੋ ਇਹਨਾਂ ਦੀ ਕੋਈ ਆਪਸ ਲਾਕਡਾਊਨ ਵੀ ਪੁਰਾਣੀ ਰੰਜਿਸ਼ ਚੱਲਦੀ ਹੈ? ਟੈਂਡਰ ਸਿਪਾਹੀ ਇੱਦਾਂ ਸੀ ਕਿ ਇਹਨਾਂ ਦੀ ਸਾਡੀ ਜਿਹੜੀ ਨੌਕ ਨਹੀਂ, ਇਹ ਮੁੰਡੇ ਨਾਲ ਇਹਦੇ ਲਿੰਕ ਗਏ ਸੀਗੇ। ਜਿੱਥੇ ਕੰਮ ਕਰਦਾ? ਜਿੱਥੇ ਕੰਮ ਕਰਦਾ ਸੀਗਾ ਉੱਥੇ ਲਿੰਕ ਗਏ ਸੀਗਾ, ਅਤੇ ਇਹ ਇਹਦੇ ਘਰ ਆਉਂਦਾ ਜਾਂਦਾ ਸੀਗਾ, ਅਤੇ ਅਸੀਂ ਵੀ ਇਹਨੂੰ ਮਨ੍ਹਾ ਕਰਦੇ ਰਹੇ, ਪਰ ਇਹ ਸਾਡੇ ਡੱਕੀ ਨਹੀਂ ਰਹੀ ਹੈ। ਬੇਟਾ ਦੱਸਦਾ ਇਹ ਸਾਨੂੰ, ਪੋਤਰਾ ਬੇਟਾ, ਇਹ ਪੋਤਰਾ ਸਾਡਾ, ਇਹ ਸਾਨੂੰ ਦੱਸਦਾ ਸੀਗਾ ਕਿ ਇੱਦਾਂ ਦਾ ਇਹ ਮੁੰਡਾ ਘਰ ਆਉਂਦਾ ਅਤੇ ਆਹ ਕਰਤੂਤਾਂ ਇਹ ਕਰਦਾ ਵਾ। ਅਤੇ ਇਸ ਗੱਲੋਂ ਇਹਨਾਂ ਖੋਰਬਾਜ਼ੀ ਕੀਤੀ ਆ, ਖੋਰਬਾਜ਼ੀ ਕਰਕੇ ਇਹਨਾਂ ਸਾਡਾ ਕੁੜੀ ਨੇ ਨਾਲ ਲੜ ਲੱਗ ਕੇ ਇਹਨਾਂ ਮੁੰਡਾ ਸਾਡਾ ਮਰਵਾਤਾ ਹੈ। ਨਾਲ ਸਾਡੇ ਉਹ ਚੱਲੇ ਐਸ ਐਸ ਪੀ ਸਾਹਿਬ, ਅਸੀਂ ਮੰਗ ਕਰਦੇ ਆਪਣਾ ਸਾਹਿਬ ਚਾਹੀਦਾ ਜੋ ਸਾਨੂੰ। ਇੱਕ ਦਾ ਨਾਮ ਬੋਬੀ ਆ, ਦੂਜੇ ਨਾਂ ਕੀ ਆ ਬਾਬੂ? ਇੱਕ ਦਾ ਨਾਂ ਸੰਨੀ, ਇੱਕ ਦਾ ਨਾਂ ਬੋਬੀ ਆ। ਮੰਗ ਸਾਨੂੰ ਸਾਹਿਬ ਚਾਹੀਦਾ ਵੀ ਹਾਂ ਬਸ। ਹਾਂਜੀ ਸਰ, ਕੀ ਮੈਟਰ ਹੋਇਆ ਬੱਚੇ ਦੀ? ਇਹ ਸੁਖਬੀਰ ਸਿੰਘ ਗੋਰਾ ਨਾਂ ਦਾ ਬੱਚਾ ਵਾ, 12 ਕੁ ਸਾਲ ਉਮਰ ਆ। ਰਾਤੀ ਇਹਦੇ ਪਰਿਵਾਰ ਨੇ ਇਹਨਾਂ ਨੂੰ ਗੁਰੂ ਰਾਮਦਾਸ ਹੋਸਪਿਟਲ ਦਾਖਲ ਕਰਾਇਆ ਵਾ। ਬੱਚਾ ਹੁਣ ਵੈਂਟੀਲੇਟਰ 'ਤੇ ਆ, ਸੀਰੀਅਸ ਕੰਡੀਸ਼ਨ 'ਚ ਆ। ਇਹਦੇ ਸੰਬੰਧ 'ਚ ਇਹਨਾਂ ਨੂੰ ਡਾਊਟ ਸੀ ਵੀ ਕਿਸੇ ਨੇ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਆ। ਉਸ ਸੰਬੰਧ 'ਚ ਅਸੀਂ ਆਏ ਹਾਂ, ਡਾਕਟਰ ਸਾਹਿਬ ਜੋ ਵੀ ਇਹਦੇ ਟ੍ਰੀਟਮੈਂਟ ਦੀ ਦੇਣਗੇ ਰਿਪੋਰਟ। ਫਿਲਹਾਲ ਬੱਚਾ ਜੇ ਡੈਡ ਡਿਕਲੇਅਰ ਨਹੀਂ ਕੀਤਾ, ਵੈਂਟੀਲੇਟਰ 'ਤੇ ਆ। ਕੀ ਕਾਰਵਾਈ ਕੀਤੀ ਆ ਰਹੀ ਪੁੱਛੋ? ਅਜੇ ਫਿਲਹਾਲ ਕੋਈ ਕਾਰਵਾਈ ਨਹੀਂ ਹੈ, ਜਿੰਨਾ ਚਿਰ ਬੱਚੇ ਦਾ ਇਲਾਜ ਚੱਲ ਰਿਹਾ ਡਾਕਟਰ ਜੋ ਡਿਕਲੇਅਰ ਕਰਨਗੇ, ਉਸ ਤੋਂ ਬਾਅਦ ਜੋ ਉਹਦੇ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ। ਬੱਚੇ ਦੇ ਦਾਦਾ ਜੀ ਦਾ ਆਰੋਪ ਆ ਕਿ ਉਹਦੀ ਮੰਮੀ ਦੇ ਕੁਝ ਹੈਗੇ ਸੀ ਕੋਈ ਲਿਸ਼ਨ ਵਗੈਰਾ? ਜੋ ਇਹ ਲਿਖਤੀ ਸ਼ਿਕਾਇਤ ਦੇਣਗੇ ਤਾਂ ਉਸਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ, ਜੇ ਕੋਈ ਇਹੋ ਜਿਹੀ ਗੱਲ ਸਾਹਮਣੇ ਉਸ ਮੁਤਾਬਕ ਵਾਲੀ ਕਾਰਵਾਈ ਕੀਤੀ ਜਾਊਗੀ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੀਆਂ ਫਰੀਦ ਅਲੀ। ਸੰਪਰਕ ਕਰੋ 98-559-31-603। 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਾਓ। ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਖੋਇਆ ਪਿਆਰ ਵਾਪਸ ਪਾਉਣਾ, ਤਲਾਕ ਕੇਸ, ਵਿਦੇਸ਼ ਵਿੱਚ ਪੱਕਾ ਹੋਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵੱਸ ਵਿੱਚ ਕਰੋ। ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ।